ਪਾਜੀ ਦੁਬਈ ਤੋਂ ਵੱਡਾ ਕੋਈ ਵੀ ਮੁਲਕ ਹੋਵੇ ਜੀ ਓਏ ਦੁਬਈ ਬੈਂਕਾਕ ਮਲੇਸ਼ੀਆ ਜਣਾ ਕੜੇ ਤੁਰਿਆ ਫਿਰਦਾ ਯਾਰ ਜੇ ਪਿੰਡ ਚ ਠੁੱਕ ਬਣਾਉਣੀ ਆ ਨਾ ਤਾਂ ਤੁਸੀਂ ਪੱਛਮੀ ਮੁਲਕਾਂ ਵੱਲ ਜਾਓ ਯਾਰ ਪਾਕਿਸਤਾਨ ਦਾ ਬਣਾ ਦੇ ਜੀ ਕਹਿੰਦੇ ਜੀ ਨੇ ਲਾਹੌਰ ਨਹੀਂ ਦੇਖਿਓ ਜੰਮੇ ਨਹੀਂ ਲੈ ਓਏ ਮੈਂ ਅਮਰੀਕਾ ਕੈਨੇਡਾ ਇੰਗਲੈਂਡ ਦੀ ਗੱਲ ਕਰ ਰਿਹਾ ਹਾਂ ਹੈ ਜਾ ਫਿਰ ਆਸਟ੍ਰੇਲੀਆ ਨਿਊਜ਼ੀਲੈਂਡ ਨਿਕਲ ਜਾਓ ਯਾਰ ਓਏ ਪਿੰਡ ਚ ਠੁੱਕ ਤਾਂ ਤਾਈਓ ਬਣਨੀ ਆ ਜੋ ਇਹਨਾਂ ਸਮਝ ਜਾਓਗੇ ਹਨੀ ਮੂਨ ਤੇ ਆ ਪਾਜੀ ਪੈਸੇ ਕਿੰਨੇ ਲੱਗ ਜਾਣਗੇ ਜੀ ਬਈ ਦੇਖੋ ਮੁੰਡੇ ਕੁੜੀ ਦੀ ਟਿਕਟ ਤੇ ਰਹਿਣ ਖਾਣ ਦਾ ਖਰਚਾ ਸਾਰਾ ਮਿਲਾ ਕੇ ਅਮਰੀਕਾ ਦੇ ਹੋ ਗਏ 7 ਕੈਨੇਡਾ ਦੇ 6 ਤੇ ਇੰਗਲੈਂਡ ਦੇ 5 ਓ ਚਾਚਾ ਕੋਈ ਇਹਨਾਂ ਨੂੰ ਤੁਸੀਂ ਗੱਲ ਪੂਰੀ ਕਰੋ ਚਾਚਾ ਤਾਂ ਡਿੱਗਦਾ ਹੀ ਰਹਿੰਦਾ ਜੀ ਨਾਲੇ ਤਾਂ ਪੈਸੇ ਬਹੁਤ ਜ਼ਿਆਦਾ ਜੀ ਅਸੀਂ ਤਾਂ ਸੁੱਖ ਨਾਲ ਜਾਣਾ ਵੀ ਵਾਵਾ ਜਾਣੇ ਨੇ ਕੋ ਥੋੜੀ ਬਹੁਤ ਰਹਿਤ ਕਰੋ ਜੀ ਅੱਛਾ ਇਹ ਦੱਸੋ ਬਈ ਬਾਕੀ ਵੈਸੇ ਜੋੜੇ ਕਿੱਥੇ ਨੇ ਆ ਆਹੀ ਆਹੀ ਆ ਜੀ ਵੈਸੇ ਜੋੜੇ ਸਾਰੇ ਹਾਂਜੀ ਅੱਛਾ ਤੁਹਾਡੇ ਡੈਡੀ ਦਾ ਵਿਆਹ ਵੀ ਹੋਣੀ ਹੋਇਆ ਹਾਂ ਨਹੀਂ ਇਹ ਤਾਂ ਪੋਤੇ ਵਾਲਾ ਜਨਾਬ ਆ ਹਨੀਮੂਨ ਦਾ ਮੂਡ ਹੁਣ ਬਣਿਆ ਓਏ ਆ ਮੁੰਡੇ ਖੁੰਡੇ ਨੇ ਤਾਂ ਆਪਣੇ ਘਰ ਵਾਲੀ ਤੇ ਹੀ ਮਸਤ ਹੋ ਜਾਣਾ ਹਨੀਮੂਨ ਵਾਲੇ ਬੰਬ ਤਾਂ ਬੜੇ ਹੀ ਕੱਢਣਗੇ ਕੱਢਾਂਗੇ ਜੀ ਕਿਉਂ ਬਈ ਕੱਢਾਂਗੇ ਜੀ ਰਹਿਣ ਖਾਣ ਦਾ ਸੀ ਕਰ ਲਾਂਗੇ ਜੀ ਹਾਂ ਤੁਸੀਂ ਸਿਰਫ ਜਾਣ ਆਉਣ ਦਾ ਦੱਸੋ ਕਿੰਨਾ ਲੱਗੂਗਾ ਜੀ ਬਈ ਦੇਖੋ ਜੀ ਸਭ ਤੋਂ ਸਸਤਾ ਤਾਂ ਫਿਰ ਇੰਗਲੈਂਡ ਹੀ ਹੈ ਇੱਕ ਬੰਦੇ ਦਾ 1 ਲੱਖ ਰੁਪਈਆ ਬਸ ਕੋਈ ਗੱਲ ਨਹੀਂ ਜੀ ਅਸੀਂ 18-20 ਬੰਦੇ ਹੈਗੇ ਜੀ ਲਵਾਓ ਤੁਸੀਂ ਵੀ ਜੇ ਠੀਕ ਹੈ ਫਿਰ 1 ਮਿੰਟ ਬਾਪੂ ਆਪਣੇ ਕੋਲ 18-20 ਲੱਖ ਰੁਪਈਆ ਹੈਗਾ करोड़ां दी सामी हो गए बाकी जदों भी सरकार मंग करूगी आपां कागज दे देंगे है लो जी लग गए इंग्लैंड दे वीजे गुरदयाल सिंह हाँ जी मैं जी ਤੁਹਾਡਾ ਨਹੀਂ ਲੱਗਿਆ ਅੱਛਾ ਗੁਰਦੀਪ ਕੌਰ ਮੇਰੀ ਘਰ ਵਾਲੀ ਹੈ ਜੀ ਉਹਨਾਂ ਦਾ ਵੀ ਨਹੀਂ ਲੱਗਿਆ ਅੱਛਾ ਸਤਵੰਤ ਕੌਰ ਰਜਿੰਦਰ ਕੌਰ ਮਾਸੀ ਤੇ ਛੋਟੀ ਭੂਆ ਜੀ ਉਹਨਾਂ ਦਾ ਵੀ ਨਹੀਂ ਲੱਗਿਆ ਅੱਛਾ ਬਾਕੀ ਮਿੱਠੂ ਸਿੰਘ ਇਹਦਾ ਵੀ ਨਹੀਂ ਲੱਗਿਆ ਉਹ ਨਹੀਂ ਨਹੀਂ ਬਾਕੀ ਸਾਰਿਆਂ ਦੇ ਲੱਗ ਗਏ ਆ ਅੱਛਾ ਕੋ ਪਾਸਪੋਰਟ ਮੈਨੂੰ ਤਾਂ ਦੇ ਦਿਓ ਮੇਰਾ ਮੇਰਾ ਫੜਾ ਪਾਰ ਲੈ ਧੰਨਵਾਦ ਜੀ ਵੈਲਕਮ ਵੈਲਕਮ ਉਹ ਚਲੋ ਚਲੋ ਛੇਤੀ ਖੜੇ ਕਿੱਥੇ ਜਾਣੇ ਹੋ ਜਹਾਜ਼ ਲੰਘ ਜਾਣਾ ਮੈਨਾਂ ਤੁਹਾਡੀ ਬੱਸ ਵੀ ਲੰਘ ਜਾਣੀ ਹੈ ਚਲੋ ਬੜਾ ਚਲੋ 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 ਕੋਈ ਰਹਿ ਨਹੀਂ ਬੇਬੇ ਆ ਜਾ ਆ ਜਾ ਨੇ ਆਪਾਂ ਇਕੱਲੇ ਰਹਿ ਕੇ ਸੋਣੀਏ ਸਾਰੀ ਦੁਨੀਆ ਫਿਰ ਵੀ ਹਨੀਮੂਨ ਆਪਾਂ ਇਕੱਲੇ ਰਹਿ ਕੇ ਸੋਣੀਏ ਸਤਿ ਸ਼੍ਰੀ ਅਕਾਲ ਜੀ ਲੰਡਨ ਕਿਵੇਂ ਚੱਲੇ ਜਾਜ ਤੇ ਮੈਂ ਕੰਮ ਪੁੱਛਿਆ ਹਨੀਮੂਨ ਤੇ ਚੱਲਿਆ ਜੀ ਤੇਰਾ ਜਣੇ ਕੱਲੇ ਚ ਕੀ ਸਵਾਦ ਆਉਣਾ ਜੀ ਤੁਸੀਂ ਵੀ ਹਨੀਮੂਨ ਤੇ ਆਹੋ ਪਾਸਪੋਰਟ ਤੇ ਤਾਂ ਵੀਡੀਓ ਲਿਖਿਆ ਤੁਹਾਡੇ ਤੁਹਾਡਾ ਤਾਂ ਘਰ ਵਾਲਾ ਮਰ ਚੁੱਕਿਆ ਘਰ ਵਾਲਾ ਮਰ ਚੁੱਕਿਆ ਨਾਲ ਦੇ ਤਾਂ ਨਹੀਂ ਮਰੇ ਮੈਂ ਉਹਨਾਂ ਨਾਲ ਮਨਾਉਂ ਹੈ ਭਾਏ ਕੰਮ ਕੀ ਕਰਦੇ ਹੋ ਮੈਂ ਜੀ ਬੱਸਾਂ ਸੁਰਮਾ ਭੇਜਦਾ ਜੀ ਤੇ ਹਨੀਮੂਨ ਵਾਸਤੇ ਲੰਡਨ ਚੱਲੇ ਹੋ ਹਾਂ ਜੀ ਕਿੰਨਾ ਕੁ ਕਮਾ ਲੈਂਦੇ ਹੋ ਮਹੀਨੇ ਦਾ ਰੋਜ਼ ਦਾ 150 ਨਹੀਂ ਛੱਡੀਦਾ ਜੀ ਜਿੱਦਾਂ ਦਾ ਤੁਹਾਡਾ ਏਅਰਪੋਰਟ ਨਹੀਂ ਹੈਗਾ ਉਦਾਂ ਦਾ ਸਾਡੀ ਜ਼ਮੀਨ ਤੇ ਸਾਡਾ ਆਪ ਦਾ ਵੀ ਬਣ ਲੱਗਾ ਬਸ ਅਸੇ ਖੁਸ਼ੀ ਚੱਲੇ ਆ ਜੀ ਮੈਂ ਮਹਾਰਾਜ ਦੀਪੇ ਨੂੰ ਬਹੂ ਕੋਲ ਭੇਜਿਆ ਵੀ ਜਾ ਕੇ ਬਹੂ ਨੂੰ ਪੁੱਛ ਗਹਿਣਾ ਕਿਹੜਾ ਚਾਹੀਦਾ ਉਹ ਕਹਿੰਦੀ ਮੈਂ ਗਹਿਣਾ ਸਿਰ ਮਾਰਨਾ ਹੁਣ ਤੁਸੀਂ ਦੱਸੋ ਜੇ ਕੋਈ ਗਹਿਣਾ ਗੁਣਾ ਲਿਆ ਹੁੰਦਾ ਨਾ ਅੱਗੇ ਕਿਤੇ ਦੁੱਖ ਸੁੱਖ ਚ ਕੰਮ ਆ ਜਾਂਦਾ ਸਰ ਮੈਂ ਸਿਰਫ ਇੰਨਾ ਪੁੱਛਿਆ ਸੀ ਕਿ ਚੱਲੇ ਕਿਉਂ ਸਰ ਜੀ ਨੂੰ ਮੈਂ ਪਿਆਰ ਕੀਤਾ ਉਹਦੇ ਲਈ ਤਾਂ ਮੈਂ ਜਾਨ ਵੀ ਦੇ ਸਕਦਾ ਆ ਲੰਡਨ ਲੁੰਡਨ ਕੀ ਚੀਜ਼ ਆ ਜੀ ਮਿਸਟਰ ਦੀਪ ਇੱਥੋਂ ਤਾਂ ਮੈਂ ਤੁਹਾਨੂੰ ਪਾਸ ਕਰ ਦੇਣਾ ਹਾਂਜੀ ਪਰ ਮੇਰੀ ਇੱਕ ਬੇਨਤੀ ਹੈ ਇਹ ਲੰਡਨ ਲੁੰਡਨ ਕੀ ਹੈ ਜੇ ਤੁਸੀਂ ਉੱਥੇ ਜਾ ਕੇ ਕਿਹਾ ਨਾ ਅਗਲੇ ਸਿੱਧਾ ਚੱਕ ਕੇ ਰਿਪੋਰਟ ਕਰ ਦੇਣਾ ਤੁਹਾਨੂੰ ਸਮਝ ਗਏ